ਸਮਝਾਲਾ ਮੁੰਡਿਆਂ ਨੂੰ ਕੰਮ ਹੋਰ ਹੁੰਦਾ ਲੱਗਦਾ ਇਹ ਪਰ ਕਹਿੰਦੇ ਓਏ ਗੁਰੀ ਕੁਛ ਪਸੰਦ ਵੀ ਆਊਗਾ ਕਿ ਨਾ ਦੋ ਘੰਟੇ ਹੋ ਗਏ ਆਪਾਂ ਨੂੰ ਇੱਥੇ ਫਿਰਦਿਆਂ ਨੂੰ ਯਾਰ ਕੋਈ ਚੀਜ਼ ਇੱਥੇ ਪਸੰਦ ਕਰ ਲਾ ਦੁਕਾਨ ਵੀ ਨਹੀਂ ਛੱਡਿਆ ਆ ਓਏ ਬੋਲ ਵੀ ਪੈ ਓ ਹੈਲੋ ਮੇਰੀ ਗੱਲ ਸੁਣਦੀ ਆ ਇਹਨੂੰ ਓ ਖੜ ਜਾ ਹਜੇ ਇੱਕ ਦੁਕਾਨ ਹੋਰ ਰਹਿੰਦੀ ਇੱਥੇ ਤਾਂ ਕੁਛ ਪਸੰਦ ਹੀ ਨਹੀਂ ਆਇਆ ਹਲ ਇੱਕ ਦੁਕਾਨ ਹੋਰ ਰਹਿ ਥਕਾ ਕੇ ਰੱਖਿਆ ਮੈਂ ਪਿੰਡ ਜਾਣਾ ਨਹੀਂ ਓ ਖੜ ਜਾ ਇੱਕ ਦੁਕਾਨ ਲਾਸਟ ਰਹਿੰਦੀ ਇੱਥੇ ਤਾਂ ਪਸੰਦ ਕਰ ਸਰਦੇ ਨੇ ਉਹਨੂੰ ਗਿਫਟ ਦਿੱਤੇ ਬਿਨਾ ਯਾਰ ਅੱਜ ਇੱਧਰ ਗਿਫਟ ਗਾਰਡਨ 'ਚ ਚੱਲਦੇ ਆਪਾਂ ਤੂੰ ਤਾਂ ਅੱਜ ਯਾਰ ਇਹ ਲੰਘਾਏਗਾ ਸਾਰਾ ਦਿਨ ਮੇਰੀ ਗੱਲ ਸੁਣ ਲਾ ਭਰਾਵਾ ਇੱਥੇ ਪਸੰਦ ਕਰ ਲਈ ਕੁਛ ਜਿੰਨਾ ਕਰਿਆ ਮੈਂ ਪਿੰਡ ਚੱਲਾਂਗਾ ਸਿੱਧਾ ਓਏ ਮੇਰੀ ਗੱਲ ਸੁਣ ਹੁਣ ਜੇ ਕੋਈ ਚੀਜ਼ ਪਸੰਦ ਆਊ ਫਿਰ ਹੀ ਲਵਾਂਗੇ ਪੈਸੇ ਹੀ ਥੋੜੀ ਖਰਾਬ ਕਰਨੇ ਯਾਰ ਕਿੰਨੀਆਂ ਚੀਜ਼ਾਂ ਨੇ ਕੁਛ ਮਰਜ਼ੀ ਕਰਦਾ ਚੱਲ ਐਂ ਤਾਂ ਦੇਖਦੇ ਆ ਜਿਹੜੀ ਚੀਜ਼ ਪਸੰਦ ਆਊ ਹੀ ਲਵਾਂਗੇ ਉਧਰ ਡੈਡੀ ਗਾਲਾਂ ਦੇ ਜਿੰਦਾ ਕਹਿੰਦਾ ਰੋਜ਼ ਆ ਜਾਣਾ ਉਹਦੇ ਨਾਲ ਕੋਈ ਨਾ ਅੱਜ ਤਾਂ ਮਸਾਂ ਆ ਮਾਰਕੀਟ 'ਚ ਯਾਰ ਆ ਜਾ ਕਰ ਲਈ ਬਾਈ ਬਣ ਕੇ ਪਸੰਦ ਕੁਛ ਵੀਰੇ ਵਾਚ ਦਿਖਾਇਆ ਕੋਈ ਲੇਡੀਜ਼ ਵਾਸਤੇ ਲੈ ਦੇਖ ਹੁਣ ਇਹ ਚੋਂ ਆਹ ਦੇਖੀ ਨਾ ਇਹ ਤਾਂ ਵੱਡੀ ਲੱਗਦੀ ਹੈ ਡਾਇਲ ਅੱਜ ਕੱਲ੍ਹ ਵੱਡੀ ਪਾਉਂਦੇ ਵੀਰੇ ਸਾਰੇ ਵੀਰੇ ਐਂ ਕਰੋ ਕੋਈ ਵਧੀਆ ਜੀ ਮਤਲਬ ਸਪੈਸ਼ਲ ਜੀ ਦਿਖਾ ਦਿਓ ਕੋਈ ਅੱਡ ਜੀ ਰੇਂਜ ਦੀ ਤਾਂ ਨਹੀਂ ਕੋਈ ਪ੍ਰੋਬਲਮ ਵੀਰੇ ਨਹੀਂ ਕੋਈ ਪ੍ਰੋਬਲਮ ਜਿੰਨੀਆਂ ਵਾਚਾਂ ਨੇ ਸਾਰੀ ਦਿਖਾ ਦਿਆ ਤੇ ਪਸੰਦ ਆਉਂਦਾ ਸੋਣਾ ਨਹੀਂ ਇਹਦਾ ਆਹ ਤਾਂ ਠੀਕ ਹੈ ਵੀਰੇ ਜੇ ਤਾਂ ਰੇਂਜ ਦੀ ਪ੍ਰੋਬਲਮ ਨਹੀਂ ਫਿਰ ਤਾਂ ਇੱਕੋ ਪੀਸ ਪਿਆਗਾ ਉੱਪਰ ਦਿਖਾ ਦਿਓ ਦਿਖਾ ਦਿਓ ਬਿਲਕੁਲ ਓਰੀਜਨਲ ਪੀਸ ਹੈਗਾ ਦੇਖੋ ਆਹ ਸੋਹਣੀ ਹੈ ਹਾਂ ਘੰਟਾ ਵੀ ਬਸ ਫਿਰ ਹੀ ਲੈ ਲੈਂਦੇ ਹਾਂ ਹਾਂ ਲੈ ਲਓ ਇਹ ਕਿੰਨੇ ਦੀ ਹੈ ਵੀਰੇ ਇਹ ਹੋਊਗੀ ਵੀਰੇ 10-12 ਹਜ਼ਾਰ ਦੀ ਮੈਂ ਗੱਲ ਕਰ ਲੈਂਦਾ 10-12 ਹਜ਼ਾਰ ਰੁਪਏ ਦੀ ਹੋਊਗੀ ਘੱਟੋ ਘੱਟ ਬਾਹਰ ਰਹਿੰਦੇ ਯਾਰ ਇਹਨਾਂ 'ਚ ਦੇਖ ਲਾ ਮਹਿੰਗੀ ਵਾਲੀ ਆ ਉਹ ਕੁਛ ਨਹੀਂ ਹੁੰਦਾ ਜਦੋਂ ਲੈਣ ਹੀ ਲੱਗ ਗਿਆ ਮਹਿੰਗੀ ਕੀ ਸਸਤੀ ਉਹ ਯਾਰ ਇੰਨੇ ਪੈਸੇ ਖਰਾਬ ਕਰੇਗਾ ਦਿਮਾਗ ਸੈੱਟ ਤੇਰਾ ਉਹ ਤੂੰ ਕੋਈ ਨਾ ਉਹ ਨਾ ਸੋਚਿਆ ਕਰ ਤੂੰ ਚੱਲ ਵੀਰੇ ਇਹਨੂੰ ਪੈਕ ਕਰਾ ਦਿਓ ਫਿਰ ਠੀਕ ਆ ਜਾ ਜਾ ਬਾਹਰ ਦੇਖ ਲਾ ਕੁਛ ਨਹੀਂ ਹੁੰਦਾ ਯਾਰ ਲੈ ਦੱਸ ਉਂਝ ਤਾਂ ਗੁਰੀ ਕਹਿੰਦਾ ਕਿ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੇਰੀ ਖੁਸ਼ੀ ਮੈਨੂੰ ਜ਼ਰੂਰੀ ਆ ਅਤੇ ਇੱਥੇ ਉਹਨੇ ਮੈਨੂੰ ਦੁਖੀ ਕੀਤਾ ਪਿਆ ਕਿੰਨਾ ਟਾਈਮ ਹੋ ਗਿਆ ਮੈਨੂੰ ਵੇਟ ਕਰਦੀ ਨੂੰ ਹਜੇ ਤੱਕ ਨਹੀਂ ਆਇਆ ਹੁਣ ਮੈਂ ਕੀ ਕਰਾਂ ਮੈਨੂੰ ਸਮਝ ਨਹੀਂ ਆਉਂਦੀ ਸੈਲਫੀ ਲੈ ਲੈਂਦੀ ਹਾਂ ਮੈਂ ਉਹ ਐਂ ਮੈਥੋਂ ਬਿਨਾਂ ਕਿਵੇਂ ਸੈਲਫੀ ਲੈ ਲੇਂਗੀ ਤੂੰ ਸ਼ੁਕਰ ਹੈ ਜਨਾਬ ਤੁਸੀਂ ਵੀ ਆਏ ਕਦੋਂ ਦੀ ਵੇਟ ਕਰ ਰਹੀ ਹਾਂ ਮੈਂ ਇੱਥੇ ਪਤਾ ਤੁਹਾਨੂੰ ਉਹ ਮੈਂ ਲੇਟ ਹੋ ਗਿਆ ਸੀ ਤੇਰੇ ਲਈ ਗਿਫਟ ਲੈਣ ਲੱਗ ਗਿਆ ਸੀ ਮੈਂ ਕੀ ਗਿਫਟ ਲੈ ਕੇ ਆਏ ਹੋ ਕੀ ਲੈ ਕੇ ਆਏ ਹੋ ਹਾਏ ਕਿੰਨੀ ਘੈਂਟ ਹੈ ਤਾਂ ਸੋਹਣੀ ਹੈ ਹਾਂ ਜਮਾ ਤੇਰੇ ਵਰਗੀ ਲੈ ਪਾ ਕੇ ਦੇਖ ਫਿਰ ਲੈ ਮੈਂ ਹੀ ਪਾ ਦੇਣਾ ਸੋਹਣੀ ਹੈ ਬਹੁਤ ਸੋਹਣੀ ਆ ਲੈ ਹੁਣ ਆਪਾਂ ਸੈਲਫੀ ਲੈ ਲੈਂਦੇ ਫਿਰ ਨਿਊ ਵਾਚ ਨਾਲ ਗੁਰੂ ਤੁਸੀਂ ਆਪਣੇ ਵਾਸਤੇ ਕੀ ਲਿਆ ਆਈ ਮੀਨ ਮੇਰੇ ਵਾਸਤੇ ਤੁਸੀਂ ਵਾਚ ਲਈ ਆ ਆਪਣੇ ਵਾਸਤੇ ਉਹ ਲੈ ਮੈਨੂੰ ਕੀ ਚਾਹੀਦਾ ਮੈਨੂੰ ਨਾਲੇ ਜਿਹੜਾ ਕੁਛ ਚਾਹੀਦਾ ਸੀ ਬਿਨਾਂ ਲਈ ਮਿਲ ਗਿਆ ਮਤਲਬ ਉਹ ਮਤਲਬ ਮੈਨੂੰ ਤੇਰੀ ਖੁਸ਼ੀ ਚਾਹੀਦੀ ਹੈ ਜੇ ਤੂੰ ਖੁਸ਼ ਹੈ ਤਾਂ ਮੈਂ ਖੁਸ਼ ਹਾਂ ਰੀਅਲੀ ਹਾਂਜੀ ਚਲੋ ਠੀਕ ਆ ਗੁਰੀ ਬਹੁਤ ਟਾਈਮ ਹੋ ਗਿਆ ਹੁਣ ਮੈਨੂੰ ਘਰੇ ਜਾਣਾ ਚਾਹੀਦਾ ਹੁਣ ਮੈਂ ਜਾਂਦੀ ਹਾਂ ਚੱਲੀਏ ਫਿਰ ਹਾਂਜੀ ਚੱਲ ਫਿਰ ਮੈਂ ਚੱਲ ਆ ਜਾ
ਉਹ ਸਤਿਗੁਰ ਕੀ ਗੱਲ ਹੋ ਰਹੀ ਹੈ ਕਿ ਮੈਂ ਚੁੱਪ ਜਿਹਾ ਬੈਠਾ ਅੱਧੇ ਘੰਟੇ ਤੋਂ ਕੋਈ ਗੁੱਸਾ ਗੱਸਾ ਕਿ ਮੇਰੇ 'ਚ ਗਲਤੀ ਹੋ ਗਈ ਕੋਈ ਤੈਨੂੰ ਸੱਚੀ ਹੋਣੀ ਗਲਤੀ ਪਤਾ ਯਾਰ ਕੀ ਹੋ ਗਿਆ ਵੀ ਯਾਰ ਤੂੰ ਅਮਨ ਨੂੰ ਰੋਜ਼ ਕਦੇ ਵਾਚ ਕਦੇ ਆਈਫੋਨ ਕਦੇ ਮਹਿੰਗੇ ਕੱਪੜੇ ਕਦੇ ਸੈਂਡਲ ਤੂੰ ਧੋਖਾ ਖਾਏਗਾ ਇੱਕ ਦਿਨ ਉਹ ਇਹੋ ਜਿਹੀ ਗੱਲ ਨਹੀਂ ਹੈਗੀ ਸਤਿਗੁਰ ਉਹ ਇਹੋ ਜਿਹੀ ਕੁੜੀ ਨਹੀਂ ਹੈਗੀ ਮੈਨੂੰ ਪਤਾ ਉਹ ਬਹੁਤ ਸਾਊ ਕੁੜੀ ਹੈ ਅੱਛਾ ਜੇ ਸਾਊ ਆ ਫਿਰ ਤੇਰੇ ਤੋਂ ਇੰਨੇ ਮਹਿੰਗੇ ਮਹਿੰਗੇ ਗਿਫਟ ਕਿਉਂ ਮੰਗਦੀ ਆ ਉਹ ਗਿਫਟ ਤਾਂ ਮੈਂ ਆਪ ਲੈ ਕੇ ਦਿੰਦਾ ਉਹ ਥੋੜ੍ਹੀ ਮੰਗਦੀ ਹੈ ਯਾਰ ਨਾਲੇ ਮੈਨੂੰ ਤਾਂ ਉਹਦੀ ਖੁਸ਼ੀ ਚਾਹੀਦੀ ਹੈ ਬਸ ਫਿਰ ਫਾਇਦੇ ਕੀ ਹੋਇਆ ਇੰਨਾ ਕੁਛ ਮੈਂ ਕਮਾਉਣਾ ਉਹਦੇ ਵਾਸਤੇ ਕਮਾਉਣਾ ਜੇ ਮੈਂ ਉਹਨੂੰ ਕੁਛ ਨਾ ਦੇ ਸਕਿਆ ਫਿਰ ਕੋਈ ਫਾਇਦਾ ਨਹੀਂ ਹੈਗਾ ਚੱਲ ਬਾਈ ਕਰ ਤੂੰ ਆਪਦੀ ਮਰਜ਼ੀ ਪਹਿਲਾਂ ਕਿਹੜਾ ਕਿਸੇ ਤੋਂ ਸੁਣੀ ਆ ਜਿਹੜੀ ਤੂੰ ਹੁਣ ਸੁਣੇਗਾ ਨਾਲੇ ਜਿੱਦੇ ਉਹਨੇ ਧੋਖਾ ਦਿੱਤਾ ਉਦੇ ਮੇਰੀਆਂ ਗੱਲਾਂ ਯਾਦ ਹੋਣਗੀਆਂ ਦਾਲ ਚਿਲ ਕਿਸੇ ਥਾਂ ਦੀ ਉਹ ਗੱਲ ਤਾਂ ਸੁਣ ਲੈ ਉਹ ਸਤਿਗੁਰ ਉਹ ਬਹਿ ਜਾ ਗੱਲ ਕਰਦੇ ਕੋਈ ਹਾਂ ਮੈਨੂੰ ਬੋਲ ਗੁਰੀ ਮੈਂ ਇਹ ਪੁੱਛਦੀ ਸੀ ਤੁਹਾਨੂੰ ਕਿੰਨਾ ਕੁ ਟਾਈਮ ਲੱਗੂਗਾ ਮੈਂ ਪਾਰਕ 'ਚ ਬੈਠੀ ਹਾਂ ਅੱਛਾ ਤੂੰ ਆ ਵੀ ਗਈ ਕਿਉਂ ਪਾਰਕ ਵਿੱਚ ਆਉਣਾ ਹੀ ਸੀ ਜਲਦੀ ਆ ਜਾਓ ਮੈਂ ਵੇਟ ਕਰੀ ਜਾਂਦੀ ਹਾਂ ਪਾਰਕ 'ਚ ਉਹ ਮੈਨੂੰ ਪਤਾ ਹੀ ਨਹੀਂ ਲੱਗਿਆ ਯਾਰ ਕੰਮ ਕਰਦੇ ਕਰਦੇ ਕਦੋਂ ਟਾਈਮ ਹੋ ਗਿਆ ਚੱਲ ਤੂੰ ਬੈਠ ਥੋੜ੍ਹੀ ਦੇਰ ਮੈਂ ਆ ਰਿਹਾ ਬਸ ਓਕੇ ਚੱਲ ਪਹਿਲਾਂ ਐਂ ਕਰਦਾ ਅਮਨ ਨੂੰ ਹੀ ਮਿਲ ਲੈਣਾ ਸਤਿਗੁਰੂ ਨੂੰ ਤਾਂ ਬਾਅਦ 'ਚ ਵੀ ਮਨਾ ਲੂੰਗਾ ਨਾਲੇ ਕਿਸੇ ਨੇ ਸੱਚ ਹੀ ਕਿਹਾ ਵੀ ਗਰਲਫ੍ਰੈਂਡ ਕਿਸੇ ਤਿਉਹਾਰ ਤੋਂ ਘੱਟ ਨਹੀਂ ਮਹੀਨੇ 'ਚ 4-5 ਵਜੇ ਤਾਂ ਮਨਾਉਣੀ ਪੈਂਦੀ ਹੈ ਐਤਕੀ ਤਨਖਾਹ ਵੀ ਨਹੀਂ ਆਈ ਜੇ ਰੁਸ ਕੇ ਮਨਾਉਣੀ ਔਖੀ ਹੋ ਜਾਵੇ ਚੱਲ ਚੱਲਦੇ ਹਾਂ ਸਰ ਤੁਸੀਂ ਵੇਟ ਕਰ ਲਓ ਥੋੜ੍ਹੀ ਜਿਹੀ ਮੇਰੇ ਕੋਲ ਨਾ ਹਜੇ ਇੰਨੇ ਪੈਸੇ ਹੈ ਨਹੀਂ ਗਏ ਕੋਈ ਇੰਤਜ਼ਾਮ ਨਹੀਂ ਹੋਇਆ ਤੁਸੀਂ ਨਾ ਓਪਰੇਸ਼ਨ ਥੋੜ੍ਹਾ ਲੇਟ ਕਰ ਸਕਦੇ ਹੋ ਜਦੋਂ ਹੀ ਇੰਤਜ਼ਾਮ ਹੋ ਗਿਆ ਨਾ ਪੈਸਿਆਂ ਦਾ ਉਦੋਂ ਹੀ ਓਪਰੇਸ਼ਨ ਕਰ ਦਿਓ ਚਲੋ ਮੈਂ ਫਿਰ ਗੱਲ ਕਰਦੀ ਹਾਂ ਕੀ ਹੋ ਗਿਆ ਅਮਨ ਕੁਛ ਵੀ ਨਹੀਂ ਕੋਈ ਟੈਨਸ਼ਨ ਲੈ ਤੂੰ ਨਹੀਂ ਨਹੀਂ ਟੈਨਸ਼ਨ ਕਾਹਦੀ ਨਹੀਂ ਤੂੰ ਟਾਈਮ ਮੰਗ ਰਹੀ ਸੀ ਕਿਸੇ ਚੀਜ਼ ਦਾ ਕੋਈ ਗੱਲ ਹੋ ਗਈ ਮੈਨੂੰ ਲੱਗਦਾ ਦੱਸ ਨਹੀਂ ਨਹੀਂ ਗੁਰੀ ਐਵੇਂ ਦੀ ਕੋਈ ਗੱਲ ਨਹੀਂ ਹੈਗੀ ਅਮਨ ਤੂੰ ਹੁਣੀ ਤੂੰ ਝੂਠ ਬੋਲਣ ਲੱਗ ਗਈ ਮੈਨੂੰ ਉਹ ਤੂੰ ਮੈਨੂੰ ਸੱਚ ਸੱਚ ਦੱਸ ਦੇ ਕੀ ਗੱਲ ਹੈ ਤੈਨੂੰ ਮੇਰੀ ਸੌਂ ਗੁਰੀ ਮੇਰੇ ਨਾ ਭਰਾ ਦਾ ਓਪਰੇਸ਼ਨ ਹੋਣਾ ਅਤੇ ਮੇਰੇ ਕੋਲ ਨਾ ਇੰਨੇ ਪੈਸਿਆਂ ਦਾ ਇੰਤਜ਼ਾਮ ਹੋਇਆ ਨਹੀਂ 5 ਲੱਖ ਰੁਪਇਆ ਚਾਹੀਦਾ ਉਹਦੇ ਓਪਰੇਸ਼ਨ ਲਈ ਤਾਂ ਮੈਨੂੰ ਟੈਨਸ਼ਨ ਹੋ ਰਹੀ ਆ ਉਹ ਬਸ ਐਡੀ ਗੱਲ 'ਤੇ ਟੈਨਸ਼ਨ ਲਈ ਜਾਂਦੀ ਹੈ ਪੈਸਿਆਂ ਦੀ ਕਿੱਡੀ ਗੱਲ ਹੈ ਹੁਣ ਤੇਰੀ ਫੈਮਿਲੀ ਮੇਰੀ ਫੈਮਿਲੀ ਇੰਨੀ ਟੈਨਸ਼ਨ ਨਹੀਂ ਲਈ ਦੀ ਹੁੰਦੀ ਨਾਲੇ ਰਹੀ ਪੈਸਿਆਂ ਦੀ ਗੱਲ ਉਹ ਮੈਂ ਤੈਨੂੰ ਚੈੱਕ ਕੱਟ ਕੇ ਦੇ ਦਿੰਦਾ ਪਰ ਗੁਰੀ ਤੂੰ ਕਿਵੇਂ ਦੇ ਸਕਦਾ ਉਹ ਯਾਰ ਇੰਨਾ ਸੋਚੀਦਾ ਨਹੀਂ ਹੁੰਦਾ ਠੀਕ ਹੈ ਹੁਣ ਮੈਂ ਤੇਰੇ ਵਾਸਤੇ ਕਮਾਉਣਾ ਤੇਰੀ ਖੁਸ਼ੀ ਮੇਰੀ ਖੁਸ਼ੀ ਤੂੰ ਇੱਥੇ ਬੈਠ ਮੈਂ ਚੈੱਕ ਕੱਟ ਕੇ ਲੈ ਕੇ ਦਿੰਦਾ ਗੁਰੀ ਓਪਰੇਸ਼ਨ ਤਾਂ 2 ਦਿਨਾਂ ਤੱਕ ਆ ਅਤੇ ਬੈਂਕ 'ਚ 4 ਦਿਨਾਂ ਦੀ ਛੁੱਟੀ ਆ ਤੂੰ ਐਂ ਕਰ ਮੈਨੂੰ ਕੈਸ਼ ਹੀ ਲਿਆ ਦੇ ਕੈਸ਼ ਚੱਲ ਤੂੰ ਟੈਨਸ਼ਨ ਨਾ ਲੈ ਮੈਂ ਸਤਿਗੁਰ ਨੂੰ ਪੁੱਛਦਾ ਉਹਦੇ ਕੋਲ ਹੋਣੇ ਪੈਸੇ ਉਹ ਹਾਂ ਆ ਗਈ ਯਾਦ ਪੱਕਾ ਉਹ ਲਾਲ ਚੰਦਰ ਨੂੰ ਧੋਖਾ ਦੇ ਕੇ ਚਲੀ ਗਈ ਹੋਣੀ ਤਾਂ ਹੀ ਮੇਰੀ ਯਾਦ ਆਈ ਆ ਨਾਲ ਤੈਨੂੰ ਤਾਂ ਐਵੇਂ ਨਹੀਂ ਪਤਾ ਵੀ ਤੇਰਾ ਦੋਸਤ ਰੁੱਸ ਕੇ ਗਿਆ ਉਹਨੂੰ ਮਨਾਉਣਾ ਵੀ ਆ ਉਹ ਸਤਿਗੁਰ ਇਹੋ ਜਿਹੀ ਗੱਲ ਨਹੀਂ ਹੈਗੀ ਯਾਰ ਤੂੰ ਮੈਨੂੰ ਐਂ ਦੱਸ ਵੀ ਹੁਣ ਪੈਸੇ ਹੈਗੇ ਜਾਂ ਨਹੀਂ ਹੈਗੇ ਨਾਲੇ ਰਹੀ ਗੱਲ ਮਨਾਉਣ ਦੀ ਉਹ ਮੈਂ ਤੈਨੂੰ ਮਿਲ ਕੇ ਸਾਰਾ ਕੁਛ ਆਪ ਹੀ ਦੱਸ ਦੂੰ ਹੁਣ ਤੂੰ ਬਸ ਪੈਸਿਆਂ ਦਾ ਇੰਤਜ਼ਾਮ ਕਰ ਦੇ ਉਹ ਲੈ ਤੇਰੇ ਵਰਗੇ ਜਿਗਰੀ ਯਾਰਾਂ ਵਾਸਤੇ ਤਾਂ ਜਾਨ ਵੀ ਹਾਜ਼ਰ ਆ ਤੂੰ ਐਂ ਦੱਸ ਪੈਸੇ ਲੈ ਕੇ ਕਿੱਥੇ ਆਵਾਂ ਹਾਂ ਮੈਂ ਤੈਨੂੰ ਲੋਕੇਸ਼ਨ ਭੇਜ ਦੇਣਾ ਹਾਂ ਅਤੇ ਰਹੀ ਗੱਲ ਪੈਸੇ ਦੀ 2-4 ਦਿਨਾਂ ਤੱਕ ਮੈਂ ਕਢਾ ਕੇ ਦੇ ਦੂੰਗਾ ਉਹ ਕੋਈ ਨਾ ਯਾਰ ਟੈਨਸ਼ਨ ਨਾ ਲੈ ਚਾਹੇ ਪੈਸੇ ਤੇਰੇ ਹੋਣ ਚਾਹੇ ਮੇਰੇ ਤੂੰ ਮੈਨੂੰ ਲੋਕੇਸ਼ਨ ਭੇਜ ਮੈਂ ਆਉਣਾ ਠੀਕ ਆ ਉਹ ਥੈਂਕ ਯੂ ਯਾਰ ਸਤਿਗੁਰ ਉਹ ਤਾਂ ਕੋਈ ਨਾ ਚੱਲ ਜਾਂਦਾ ਯਾਰ ਮੈਂ ਕੰਮ ਆਵੇ ਨਹੀਂ ਮਾੜਾ ਯਾਰ ਉਹ ਕੋਈ ਨਾ ਆ ਜਾ ਬੈਠਦਾ 2 ਮਿੰਟ ਗੱਲ ਕਰਦੇ ਹਾਂ ਆ ਲੈ ਅਮਨ ਪੈਸੇ ਅਤੇ ਜੇ ਕਿਸੇ ਹੋਰ ਚੀਜ਼ ਦੀ ਲੋੜ ਹੋਈ ਤਾਂ ਮੈਨੂੰ ਦੱਸ ਦੀ ਗੁਰੀ ਥੈਂਕ ਯੂ ਤੂੰ ਮੇਰੇ ਲਈ ਇੰਨਾ ਕੁਛ ਕੀਤਾ ਉਹ ਕੋਈ ਨਾ ਤੂੰ ਟੈਨਸ਼ਨ ਨਾ ਲੈ ਅਤੇ ਜਾ ਹੁਣ ਤੂੰ ਹਾਂ ਹੁਣ ਮੈਂ ਚੱਲੀ ਹਾਂ ਠੀਕ ਹੈ ਓਕੇ ਓਕੇ ਬਾਏ ਉਹ ਆ ਜਾ ਬੈਠਾ ਸਤਿਗੁਰ ਗੁਰੀ ਆ ਪੈਸੇ ਤੂੰ ਆਉਣ ਵਾਸਤੇ ਮੰਗਾਏ ਸੀ ਮੈਥੋਂ ਹਾਂ ਇੰਨੇ ਮਹਿੰਗੇ ਗਿਫਟ ਕੱਟ ਸੀ ਜਿਹੜੇ ਤੂੰ ਹੁਣ ਪੈਸੇ ਵੀ ਖਰਾਬ ਕਰਨ ਲੱਗੇ ਤੇ ਉਹ ਯਾਰ ਪੈਸਿਆਂ ਦੀ ਗੱਲ ਕੀ ਉਹਦੇ ਭਾਈ ਦਾ ਓਪਰੇਸ਼ਨ ਹੈ ਤਾਂ ਕਰਕੇ ਮੰਗਾਏ ਨੇ ਅੱਛਾ ਉਹਨੇ ਆਪ ਕਿਹਾ ਉਹਨੇ ਆਪ ਕਿਹਾ ਯਾਰ ਐਮਰਜੈਂਸੀ ਲੋੜ ਹੈ
उन्हें कहा तो तू मन लिया, अगली झूठ भी बोल सकती आ। वो नहीं यार, वो झूठ क्यों बोलूगी, तू एवं बड़ा सोचना। कोई सोचने की लड़ मैनू नहीं तेनू आ, जे तू एवं पैसे खराब करता रहे एक दिन बर्बाद हो जाएगा। वो नहीं यार सतगुर, मैनू मेरी अमन से पूरा विश्वास है, ऐदा नहीं करती हैगी। चल तू एवं बड़ा ना सोचा कर, आज चल दें आप कट्ठी चल दें। तू चल यार, मैं उधर काम आमना जा। चल ठीक है फिर। आमन भी कमाल कर दी इतने बैठे, कहती आनी आनी आई नहीं हाले ला गई। आमन किवें आ? वधिया, तू दस की गल यार, बड़ा टाइम लाता मैं इतने बैठे। यार पहले तू ही हद करदा आ, टाइम तो लग ही जाता पैसे कढ़ाने से, नाले 5 लाख रुपये कोई छोटी मोटी रकम नहीं हैगी। अज तो तू कमाल ही करती, तो मैं बड़ा खुश हाँ, मैं भी असर ही करता, बाली विश्वास करता ना तेरे ते। हाँ ये तो है। ये तो अमन ये कि बैठी आ, चल उत्थे खड़ के देखना की गल करते ने। ज्यादा चलाक होंगी ना यदि, पहले वीडियो ही बना लो। मैनू तो पहली शक सी, पर इन्नी घटिया निकलूगी ये नहीं मैनू पता सी। हुण मेरी वीडियो तो बना ली, एक गुरी दिखाऊंगा फिर यदि सच्चाई वो सामने आऊगी। चल बस तू हुण अहमियत तो पैसे कढ़ाई जाई, पर आपां नूं मेहरबान तो कोई नहीं रोक सकता है। ये तो है, वैसे तो बहुत वधिया होया जिहड़ा आपां नूं इहदी अमीरी बारे पता लग गया। हाँ ये तो है। हाँ जी सर, ठीक है जी, ठीक है पहुँच जूंगा जी। ओके सर। हाँ सतगुर की हाल ने? वधिया, आ देख ला आपदी अमन की असली सच्चाई, सारे ने उहदे नाम दी माला जपदा रहिंदा सी। ओह ये तो मैं पहलों तो ही पता सी सारा कुछ। पहलों तो पता सी की मतलब? वो मतलब ये नहीं पाली, हजे गुरी आया नहीं हैगा, तुसी थोड़ी जी वेट कर लो। प्लीज़ टेंशन ना लो, अज ना मैं किसी ना किसी तरीके नाल तो पैसे कढ़वा ही लेने आ। ओ गुरी, तेनू यार सारा कुछ पता उहदे बारे, तू फिर भी उहनू प्यार करदा? ओ हाँ बई, मैनू अपनी जान तो वध के प्यार करदा, ते मैनू पता है उहनू भी एक दिन मेरे नाल प्यार होऊगा। देख गुरी, कितने एवें ना हो, तू उन्हू इन्ना प्यार करता रहे तो वह तेन इन्ना ही समझ ले, प्यार कर, प्यार प्यार च इन्ना ना हो। वो भाई सतगुर, सच्चे प्यार च इन्नी ताकत होंगी है, जो आप किसी प्यार करते हैं तो अपन उ दिखता, चाहे वह गलत हो चाहे सही हो। भरावा तेरी गलत तो मेरे सिर उत्ते लंघ रही ने, वह गलत आ, तू फिर भी उन्होंने प्यार करदा। वो सतगुर, जो तेन प्यार हो ना फिर मैं तेन पूछूंगा। वो बस बस, मैनू नहीं ऐसे प्यार की लड़, मैंने तो मेरी सिंगल लाइफ ही ठीक आ। चल मैं मिलता तेन शाम, हूँ काम आ मैं माड़ा जा। चल ठीक है, चंगा ध्यान रखी। ओके अमन, अज तू ए करी गुरी दे इससे सैन करवा ली, पर अपने ना हो जू सारी प्रॉपर्टी ओदी, चंगा लै आ फड़। ओए तेनू कह रहे हैं, की सोची इन्हें तू? मैं तो ना गुरी बारे सोच रही सी। ओए तू ओदे बारे बाला ना सोच, तू ये सैन करवा ली, अजा आ लै फड़ कागज, ठीक है? करवा दूंगी, ध्यान ना करवाई, करवाने इत्थे है बस। ठीक है, ओके, कोई गलती ना कर दी, हुण तेरा काम है ये। कोई ना, मैं करवा दूंगी। हाँ डोंट वरी। ओके गुरी। हाँ जी। मैं तुम्हें एक गल करनी सी। हाँ जी। मैं ना न्यू सैलून ओपन करने लई सोच रही हूँ। अच्छा, फिर तो बहुत वधिया गल है, पर अचानक किवें? पता की गल आ, मैं सोचा भी नाले टाइम पास भी हो जाओ, नाले 4 पैसे भी बन जाएंगे। तुहानू पता मैं तो नाम भी सोच लिया सैलून का। अच्छा की? अमन एंड गुरी। वाह कमाल करती, फिर तो इन्ना प्यार करते हो मैं? कोई शक है, मैं तो बहुत प्यार कर दिया तुहानू, तुसी दसो किन्ना प्यार करते हो मैनू? ओ मैं तो कमली इन्ना प्यार करदा, जे तू मैनू धोखा भी दे जाए ना तां भी तेरा साथ नहीं छड्डदा। ओ लै तू तां सोचण लग गई जिवें मैनू सच्ची धोखा दे रही होवे, चल आ जा तुर पा। ओ हां सच गुरी। हम मैं ना साइन कराउणा भुल गई। कादे साइन? ए ना अपने सैलून दे पेपर्स ने, तुसी साइन कर दो इहदे ते। पेन ना? पेन तां मैं लैके नहीं आई। लै साइन कराउणा, पेन है नहीं।
चल मैं मतलब है मैं कर लूँगा कितने इतने करने हैं। हाँ जी इतने इतने आलो और कुछ थैंक यू गुरी चल आ जाओ चलिए हूँ अपना फिर चलो आ जाओ आमण जी पता नहीं किधर रह जाती है कहते आनी आनी है पता नहीं सैन कराए होने पता नहीं ना आ गई अमन हाँ आ चक पाली प्रॉपर्टी के पेपर गुरी ने साइन करते आ तो कमाल ही करती अमन तू अज मैं बाला खुश हाँ तेन दस नहीं सकता हूँ तू ऐ कर तू ना गुरी ने फोन ला आप लगते इतों का कम कर ही दें जो जिंदा रहेगा ना फिर अपन बाला औखा हो जाए तू ला फोन उन्होंने ਕੀ ਕਹਿੰਦਾ ਅਮਨ ਆਉਂਦਾ ਪਿਆ ਆਉਂਦਾ ਚੱਲ ਠੀਕ ਹੈ ਉਹ ਕੀ ਹੋ ਗਿਆ ਅਮਨ ਅਚਾਨਕ ਬੁਲਾ ਲਿਆ ਸਭ ਠੀਕ ਤਾਂ ਹੈ ਓਏ ਸਭ ਕੁਝ ਠੀਕ ਹੈ ਪਰ ਸਾਡੇ ਦੋਵਾਂ ਲਈ ਨਾ ਕਿ ਤੇਰੇ ਲਈ ਉਹ ਕੀ ਮਤਲਬ ਹਾਂ ਕਾਗਜ਼ ਵੇਖ ਲੈ ਤੈਨੂੰ ਆਪੇ ਪਤਾ ਲੱਗ ਜੂ ਓਏ ਦੇਖਣ ਦੀ ਕੋਈ ਲੋੜ ਨਹੀਂ ਮੈਂ ਆਪਦੇ ਹੱਥਾਂ ਨਾਲ ਸਾਈਨ ਕੀਤਾ ਅਤੇ ਪ੍ਰੋਪਰਟੀ ਅਮਨ ਦੇ ਨਾਮ ਕੀਤੀ ਹੈ ਇਹਦਾ ਮਤਲਬ ਇਹ ਆ ਕਿ ਤੈਨੂੰ ਸਭ ਪਤਾ ਸੀ ਕਿ ਮੈਂ ਧੋਖੇ ਨਾਲ ਸਾਈਨ ਕਰਵਾ ਰਹੀ ਹਾਂ ਤੇਰੇ ਤੋਂ ਉਹ ਮੈਨੂੰ ਸਾਰਾ ਪਤਾ ਸੀ ਮੈਂ ਪਿਆਰ ਕੀਤਾ ਕੋਈ ਟਾਈਮ ਪਾਸ ਨਹੀਂ ਕੀਤਾ ਹੈਗਾ ਓਏ ਹਮਨ ਮੈਨੂੰ ਪਿਆਰ ਕਰਦੀ ਆ ਤੈਨੂੰ ਨਹੀਂ ਤੈਨੂੰ ਤਾਂ ਫਿਰ ਇਹ ਵੀ ਪਤਾ ਹੋਊਗਾ ਤੈਨੂੰ ਇੱਥੇ ਕਾਹਦੇ ਲਈ ਬੁਲਾਇਆ ਚੱਲ ਕੋਈ ਨਾ ਲੱਗ ਜੂ ਪਤਾ ਆਹ ਫੜਾ ਹਮਨ ਪਿਸਟਲ ਘਰ ਇਹਦਾ ਕੰਮ ਉਹ ਜੇ ਗੋਲੀ ਮਾਰਨੀ ਹੈ ਮੱਥੇ 'ਤੇ ਨਹੀਂ ਆਹ ਦਿਲ 'ਤੇ ਮਾਰ ਜਿਹਦੇ ਨਾਲ ਹਮੇਸ਼ਾ ਤੈਨੂੰ ਪਿਆਰ ਕੀਤਾ ਉਹ ਮੈਨੂੰ ਤਾਂ ਐਂ ਸੀ ਵੀ ਮੇਰਾ ਪਿਆਰ ਤੈਨੂੰ ਬਦਲ ਦੂਗਾ ਪਰ ਪੈਸੇ ਅੱਗੇ ਪਿਆਰ ਹਾਰ ਗਿਆ ਅਮਨ ਤੇਰੇ ਵਰਗੀਆਂ ਕੁੜੀਆਂ ਨਾ ਸਿਰਫ ਪੈਸੇ ਨੂੰ ਪਿਆਰ ਕਰਦੀਆਂ ਨੇ ਚੱਲ ਮਾਰ ਹੁਣ ਗੋਲੀ ਗੋਲੀ ਤਾਂ ਮੈਂ ਮਾਰੂੰਗੀ ਪਰ ਤੇਰੇ ਨਹੀਂ ਪਾਲੀ ਦੇ ਅਮਨ ਇਹ ਕੀ ਕਰ ਰਹੀ ਹੈ ਤੂੰ ਮੈਨੂੰ ਗੋਲੀ ਮਾਰੇਗੀ ਅਮਨਾ ਪਾਲੀ ਤੂੰ ਹੁਣ ਤੱਕ ਨਾ ਮੈਨੂੰ ਪਿਆਰ ਦੇ ਨਾਂ ਤੇ ਸਿਰਫ ਧੋਖਾ ਦਿੱਤਾ ਧੋਖਾ ਓਏ ਕੋਈ ਨਾ ਥੋੜੇ ਦਿਨਾਂ ਦੀ ਗੱਲ ਹੋਰ ਆ ਇੱਕ ਵਾਰ ਨਾ ਅਮਨਾ ਪ੍ਰੋਪਰਟੀ ਨਾਮ ਲਵਾ ਲਵੇ ਗੁਰੀ ਤੋਂ ਫਿਰ ਉਸ ਤੋਂ ਬਾਅਦ ਨਾ ਆਪਾਂ ਵਿਆਹ ਕਰਾਵਾਂਗੇ ਹਾਂ ਜੇ ਅਮਨਾ ਰਹੂਗੀ ਤਾਂ ਹੀ ਪ੍ਰੋਪਰਟੀ ਦੇ ਕਾਗਜ਼ ਮੇਰੇ ਲਵੇ ਹੱਥ ਆਉਣਗੇ ਕੋਈ ਨਾ ਸਭ ਤੋਂ ਪਹਿਲਾਂ ਨਾ ਮੈਂ ਅਮਨ ਤੋਂ ਗੁਰੀ ਨੂੰ ਮਰਵਾਊਂਗਾ ਆਮ ਨੂੰ ਤਾਂ ਮੈਂ ਆਪਦੇ ਹੱਥਾਂ ਨਾਲ ਮਾਰੂੰਗਾ ਫਿਰ ਆਪਾਂ ਸਾਰੀ ਜ਼ਿੰਦਗੀ ਨਾ ਪੈਸਿਆਂ 'ਤੇ ਰਾਜ ਕਰਾਂਗੇ ਹਾਂ ਉਹ ਚੱਲ ਠੀਕ ਆ ਤੂੰ ਹੁਣ ਫੋਨ ਰੱਖ ਅਮਨ ਆਉਂਦੀ ਹੁਣੇ ਹਾਂ ਹਾਂ ਮੈਂ ਕੋਈ ਨਾ ਬਾਅਦ 'ਚ ਕਾਲ ਕਰਦਾ ਓਕੇ ਤੈਨੂੰ ਬਾਲਾ ਸ਼ੌਂਕ ਆ ਨਾ ਦੂਜਿਆਂ ਦੇ ਗੋਲੀ ਮਾਰਨ ਦਾ ਹੁਣ ਤੈਨੂੰ ਮੈਂ ਦੱਸੂੰਗੀ ਕਿਵੇਂ ਗੋਲੀ ਮਾਰੀ ਦੀ ਹੁੰਦੀ ਆ ਉਹ ਅਮਨ ਮਾਫ਼ ਕਰ ਦੇਣ ਪਰ ਨਹੀਂ ਗੁਰੀ ਮੈਨੂੰ ਮਾਫ਼ ਨਹੀਂ ਕਰ ਸਕਦੀ ਇਹ ਮੈਨੂੰ ਧੋਖਾ ਦੇ ਰਿਹਾ ਸੀ ਉਹ ਚੱਲ ਕੋਈ ਨਾ ਯਾਰ ਹੋ ਜਾਂਦਾ ਇਟਸ ਓਕੇ ਮੈਂ ਵੀ ਤਾਂ ਸਾਰਾ ਕੁਝ ਜਾਣਦੇ ਹੋ ਤੈਨੂੰ ਮਾਫ਼ ਕਰ ਹੀ ਦਿੱਤਾ ਬਾਈ ਮੈਨੂੰ ਮਾਫ਼ ਕਰ ਦਿਓ ਮੈਂ ਜਾਣਾ ਇੱਥੋਂ ਆਹ ਫੜੋ ਆਪਦੇ ਕਾਗਜ਼ ਗੁਰੀ ਮੈਨੂੰ ਮਾਫ਼ ਕਰ ਦੇ ਮੈਂ ਤੈਨੂੰ ਐਡਾ ਵੱਡਾ ਧੋਖਾ ਦੇ ਰਹੀ ਸੀ ਪਲੀਜ਼ ਮੈਨੂੰ ਮਾਫ਼ ਕਰ ਦੇ ਉਹ ਚੱਲ ਕੋਈ ਨਾ ਅਮਨ ਤੂੰ ਰੋ ਨਾ ਹੁਣ ਤੈਨੂੰ ਮੇਰੇ ਪਿਆਰ ਦਾ ਅਹਿਸਾਸ ਹੋਇਆ ਉਹੀ ਬਹੁਤ ਹੈ ਮੇਰੇ ਲਈ ਗੁਰੀ ਮੈਨੂੰ ਤੇਰੀ ਪ੍ਰੋਪਰਟੀ ਨਹੀਂ ਤੂੰ ਚਾਹੀਦਾ ਆ